ਟਰਾਂ ਦੇ ਵਿੱਚ ਬਾਉਣ ਤੋਂ ਪਹਿਲਾਂ ਜਿਹੜਾ ਬਿੱਜ ਲੋਕ ਇਹਦਾ ਬਾਹਰ ਚਾਹੀਦਾ, ਠੀਕ ਹੈ ਜੀ। ਕਿੱਲੀ ਉੱਪਰਲੇ ਪਾਸੇ ਚਾਹੀਦੀ ਆ। ਜਿਹੜੀ ਸਿੰਗਲਾਂ ਵਾਲਾ ਡੰਡਾ ਹੁੰਦਾ ਹਲਾਂ ਦਾ, ਉਹ 31 ਇੰਚ ਦੀ ਚੌੜਾਈ ਚਾਹੀਦੀ ਹੈ। ਘੋੜੀ ਹਲਾਂ ਦੀ 47 ਇੰਚ ਚਾਹੀਦੀ ਹੈ। ਉਦੋਂ ਬਾਅਦ ਹਲ ਪਾਉਣ ਤੋਂ ਬਾਅਦ ਇੱਥੇ 3 ਇੰਚ ਫਾਸਲਾ ਚਾਹੀਦਾ ਦਾ, 3 ਇੰਚ ਇੱਧਰ ਚਾਹੀਦਾ ਅਤੇ 3 ਇੰਚ ਹੀ ਚਾਹੀਦਾ ਹੈਗਾ ਇੱਧਰ। ਹਾਂ ਠੀਕ ਆ। ਉਸ ਤੋਂ ਅੱਗੇ ਜਿਹੜੇ ਲੀਵਰਾਂ ਦੀ ਸੈਟਿੰਗ ਆ ਉਹਦੇ ਬਾਰੇ, ਉਦੋਂ ਬਾਅਦ ਡਰਾਫਟ ਕੰਟਰੋਲ ਵਾਲੀ ਲਾਲ ਵਾਲਾ ਲੀਵਰ ਬਾਈ ਜੀ, ਇਹਨੂੰ ਜਦੋਂ ਆਪਾਂ ਚੱਕ ਕੇ ਦੇਖਣਾ ਵੀ ਇਹਨੇ 11 ਨੰਬਰ 'ਤੇ ਲਿਫਟ ਚੱਕੀ ਹੈ, ਉਦੋਂ ਬਾਅਦ ਇਹਨੂੰ 2 ਨੰਬਰ ਥੱਲੇ ਕਰਕੇ ਅਤੇ ਲੌਕ ਲਾ ਦੇਣਾ। ਇਹ ਮਤਲਬ ਜਿੱਥੇ ਵੀ ਲਿਫਟ ਚੱਕੂ ਟਿਕਟ ਪਹਿਲਾਂ ਦੇਖ ਲੈਣਾ ਆਪਾਂ ਸਟਾਰਟ ਲਿਫਟ ਚੱਕਣ ਤੋਂ ਬਾਅਦ ਇਹਨੂੰ ਜਿੱਥੇ ਲਿਫਟ ਚੱਕੂ। ਹਾਂ, ਉੱਥੇ 2 ਨੰਬਰ ਥੱਲੇ ਕਰ ਦੇਣਾ। ਉਦੋਂ ਬਾਅਦ ਜੇ ਆਪਾਂ ਜ਼ਿਆਦਾ ਸੈਂਸਿੰਗ ਲੈਣੀ ਹੈ ਤਾਂ 1 ਨੰਬਰ 'ਤੇ ਜੀ, ਜਿਵੇਂ ਜਿਵੇਂ ਘੱਟ ਕਰਨੀ ਹੈ ਉਵੇਂ ਉੱਪਰ ਕਰੀ ਜਾ। ਸੈਂਸਿੰਗ ਮਤਲਬ ਜਿਹੜੇ ਝਟਕੇ ਮਾਰਦੇ। ਹਾਂ ਜੀ, ਹਾਂ ਲਿਫਟ ਦੇ ਕੰਟਰੋਲ ਕਰਦਾ ਟਰੈਕਟਰ। ਇਹਦਾ ਡਰਾਫਟ, ਇਹਦਾ ਪੋਜੀਸ਼ਨ ਕੰਟਰੋਲ, ਜੇ ਆਪਾਂ ਡੰਗਾਈ ਨਾਪਣੀ ਹੈ ਕਲਟੀਵੇਟਰਾਂ ਦੀ ਤੇ ਪੋਜੀਸ਼ਨ ਲੀਵਰ ਤੋਂ 1 ਨੰਬਰ ਤੇ 2 ਨੰਬਰ ਤੇ 3 ਨੰਬਰ ਤੇ ਜੀ। ਇਹਦਾ ਮਤਲਬ ਆ ਵੀ ਜਿੰਨੇ ਆਪਾਂ ਹੱਲ ਲਾਉਣੇ ਆ, ਜਿੰਨੇ ਹੱਲ ਆਪਾਂ ਡੂੰਘੇ ਲਾਉਣੇ ਆ ਉਹਨੇ ਤੋਂ ਲੱਗਣੇ ਜੀ। ਉਦੋਂ ਬਾਅਦ ਇੱਕ ਲਿਫਟੋਮੈਟਿਕ ਬਟਨ ਲੱਗਿਆ ਹੋਇਆ, ਉਹਦੀ ਮਗਰ ਸੈਟਿੰਗ ਆ ਜੀ। ਜੇ ਆਪਾਂ ਵੱਧ ਘੱਟ ਲਿਫਟ ਚੱਕਣੀ ਉੱਚੀ, ਉਹ ਤੋਂ ਸੈਟਿੰਗ ਹੋ ਜਾਂਦੀ ਹੈ। ਉਹ ਜਿਹੜੀ ਮਗਰ ਸੈਟਿੰਗ ਉਹ ਮਾੜੀ ਦਿਖਾ ਦਿਓ ਭਾਈ ਜੀ। ਆਹ ਜਿਹੜੀ ਲਿਫਟੋਮੈਟਿਕ ਬਟਨ ਹੈ, ਇਹਦੀ ਸੈਟਿੰਗ ਐਸਾ ਜੀ। ਅੱਛਾ। ਜਿਵੇਂ ਜਿਵੇਂ ਇਹਨੂੰ ਆਪਾਂ ਖੋਲ੍ਹੀ ਜਾਵਾਂਗੇ ਉਵੇਂ ਉਵੇਂ ਤੋਂ ਲਿਫਟ ਘੱਟ ਉੱਚੀ ਚੱਕੀ ਜਾਊਗਾ, ਵੀ ਦੋਨੇ ਲੀਵਰ ਜੇ ਆਪਣੇ ਬੰਨੇ ਹੋਏ ਪੋਜੀਸ਼ਨ ਨਾਲ ਡਰਾਫਟ ਆਪਾਂ ਨੂੰ ਹਿਲਾਉਣ ਦੀ ਲੋੜ ਨਹੀਂ, ਇਹ ਤੋਂ ਚੱਕੋ ਅਤੇ ਧਰੋ ਬਸ। ਠੀਕ ਹੈ। ਇਹਦੇ 'ਚ ਕੀ ਹੁੰਦਾ ਵੀ ਆਪਾਂ ਮੋੜ 'ਤੇ ਆ ਕੇ ਜਦੋਂ ਲਿਫਟੋਮੈਟਿਕ ਚੱਕਾਂਗੇ ਤਾਂ ਉਹ ਫਾਲਤੂ ਲਿਫਟ ਨਾਲ ਚੱਕੀ ਜਾਵੇ, ਬਾਲੀ ਘੰਟੇ ਟੁੱਟੇ ਜਾਂਦਾ, ਜਿੰਨੀ ਕੁ ਆਪਾਂ ਨੂੰ ਲੋੜ ਆ ਵੀ ਉਨੀ ਕੁ ਚੱਕੀ ਜਾਵੇ। ਠੀਕ ਆ।